जय पीरां दी दोस्तों, तुसी देख रहे हो सुल्तान मल्टीमीडिया 786 चैनल। अज दी वीडियो विच असी तुहानू दसांगे कि आपां गुरु तो बिना अपने पीरो मुरशद अल्लाह पाक अपने रब दे कोल पहुँच सकते हैं जां नहीं। सो ये वीडियो हर एक लई बहुत जरूरी आ। इस वीडियो नू पूरा जरूर देखियो ते पीरां फकीरां दीआं होर नवीआं वीडियो देखण लई इस चैनल नू भी जरूर सबसक्राइब करियो। संगत जी, रूहानियत शब्द का मतलब ही हुंदा है कि जिथे रूह की गल होवे उन्हूं रूहानियत कहिंदे हन। ते रूह दा अपने प्रीतम नाल मिलना, संगत जी इसे रास्ते ते चलण तो पहला साडा एक मुरशद होना बहुत जरूरी है। जिवें कि मेरे मुरशद मेरे पीर बाबा गुरदेव चंद जी, गाहां उन्हां दे सपुत्तर बाबा रशपाल जी गद्दी नशीन, फिर दिल विच उन्हां नूं मिलण लई तड़फौणी जरूरी आ, जिहड़ी विरहों तो शुरू हुंदी है। ये विरहों साढ़े अंदर अपने आप ही पैदा हुंदा है। आपां इहनूं बाहरों कितों लिया नहीं सकते, ना ही आपां इहनूं कितों खरीद सकते हैं। मिलदा है तां इह किसे रब दे प्रेमी कोलों ही मिलदा है। फिर शुरू हुंदा है साडा रूहानियत दा सफ़र। जेकर तां तुहाडी तड़फ इन्नी ज़्यादा है कि तुसीं अपने मुरशद तो बिना एक पल भी नहीं जी सकते, जिवें इश्क मीरा बाई, बाबा बुले शाह ते होर भी अनेक फकीरां ने कीता अपने मुरशद दे नाल, ते जे इन्हां वर्गी तड़प तुहाडे अंदर है तां साडी मंजिल वध तो वध तय हो जाती आ। हुण इह सानूं पता किवें लगेगा कि असीं रूहानियत वल जा रहे हाँ जां कि आम रस्ते वल? ਇਹ ਪਤਾ ਕਰ ਲਏ ਸੰਗਤ ਜੀ, ਮੈਨੂੰ ਹੋਰ ਦਾ ਤਾਂ ਨਹੀਂ ਪਤਾ, ਜੋ ਮੇਰੇ ਨਾਲ ਬੀਤੀ ਹੈ ਮੈਂ ਤੁਹਾਨੂੰ ਉਹੀ ਦੱਸਦਾ ਹਾਂ। ਸਭ ਤੋਂ ਪਹਿਲਾਂ ਰੂਹਾਨੀਅਤ ਵਾਲਾ ਇਨਸਾਨ ਦੁਨੀਆ ਦੇ ਵਿੱਚ ਰਹਿ ਕੇ ਵੀ ਦੁਨੀਆ ਤੋਂ ਅਲੱਗ ਰਹਿੰਦਾ ਹੈ, ਉਸ 'ਤੇ ਕੋਈ ਦੁੱਖ ਸੁੱਖ ਦਾ ਅਸਰ ਨਹੀਂ ਹੁੰਦਾ। ਉਹਦੀ ਆਪਣੀ ਇੱਕ ਅਲੱਗ ਹੀ ਦੁਨੀਆ ਹੁੰਦੀ ਹੈ ਜਿਸ ਵਿੱਚ ਉਹ ਹਰ ਵਕਤ ਖੋਇਆ ਰਹਿੰਦਾ ਹੈ। ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕੋਈ ਹੋਰ ਦੁਨੀਆ ਵੀ ਹੈ ਜਾਂ ਕੋਈ ਹੋਰ ਦੁੱਖ ਵੀ ਆ ਇਸ ਧਰਤੀ 'ਤੇ। ਇਸ ਜ਼ਿੰਦਗੀ ਦੇ ਵਿੱਚ ਉਹਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਰਹਿੰਦੀ ਆ ਅਤੇ ਸਾਰੀ ਦੁਨੀਆ ਉਹਨੂੰ ਸੋਹਣੀ ਲੱਗਦੀ ਆ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਵੀ ਨਿਰਲੇਪ ਰਹਿੰਦਾ ਹੈ, ਅਤੇ ਕਈ ਵਾਰ ਇਬਾਦਤ ਕਰਦੇ ਵਕਤ ਸਾਡੀਆਂ ਅੱਖਾਂ ਵਿੱਚ ਹੰਝੂ ਬਹੁਤ ਆਉਂਦੇ ਹਨ, ਇਹਦਾ ਮਤਲਬ ਹੈ ਜੇ ਤਾਂ ਇਹ ਹੰਝੂ ਤੁਹਾਡੇ ਇਸ ਦੁਨੀਆਦਾਰੀ ਨੂੰ ਲੈ ਕੇ ਆ ਰਹੇ ਨੇ। ਜਿਵੇਂ ਕਿ ਤੁਸੀਂ ਦੁਖੀ ਹਾਂ ਅਤੇ ਤੁਹਾਡੇ ਨਾਲ ਕਿਸੇ ਨੇ ਕੋਈ ਧੋਖਾ ਕੀਤਾ ਹੈ ਜਾਂ ਕੁਝ ਪਾਉਣ ਲਈ ਆ ਰਹੇ ਹਨ, ਤਾਂ ਸਮਝੋ ਆਪਾਂ ਆਪਣੇ ਮੁਰਸ਼ਦ ਨੂੰ ਇੱਕ ਤਰ੍ਹਾਂ ਦਾ ਆਪਾਂ ਰੋ ਕੇ ਦੱਸ ਰਹੇ ਹਾਂ ਕਿ ਮੈਂ ਇੰਨਾ ਦੁਖੀ ਹਾਂ, ਤੂੰ ਮੇਰੀ ਸੁਣਦਾ ਨਹੀਂ। ਜਦੋਂ ਇਬਾਦਤ ਕਰਦੇ ਵਕਤ ਸਾਡੀਆਂ ਅੱਖਾਂ ਵਿੱਚ ਹੰਝੂ ਆ ਜਾਣਾ ਆਪਣੇ ਪ੍ਰੀਤਮ ਨੂੰ ਚੇਤੇ ਕਰਦੇ ਹੋਏ, ਤਾਂ ਸਮਝ ਲਓ ਆਪਾਂ ਰੂਹਾਨੀਅਤ ਵੱਲ ਜਾ ਰਹੇ ਹਾਂ। ਬਸ ਆਪਣੇ ਗੁਰੂ ਪੀਰ ਦੇ ਨਾਲ 420 ਕਰਨੀ ਛੱਡ ਦਿਓ, ਅਤੇ ਜੇਕਰ ਉਹ ਹੰਝੂ ਤੁਹਾਡੇ ਮੁਰਸ਼ਦ ਦੇ ਵਿਯੋਗ ਵਿੱਚ ਵਹਿ ਰਹੇ ਹਨ ਅਤੇ ਤੁਹਾਡੀ ਕੋਈ ਮੰਗ ਵੀ ਨਹੀਂ ਆ, ਫਿਰ ਵੀ ਤੁਸੀਂ ਆਪਣੇ ਪ੍ਰੀਤਮ ਨੂੰ ਯਾਦ ਕਰਕੇ ਰੋ ਰਹੇ ਹੋ, ਤਾਂ ਸਮਝ ਲਓ ਤੁਸੀਂ ਸੱਚਖੰਡ ਵੱਲੋਂ ਜਾ ਰਹੇ ਹੋ, ਆਪਣੇ ਪੀਰੋ ਮੁਰਸ਼ਦ ਦੇ ਕਰੀਬ ਜਾ ਰਹੇ ਹੋ। ਸਤਸੰਗਤ ਜੀ, ਮੈਂ ਵੀ ਕਈਆਂ ਵਾਂਗ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਮੇਰਾ ਜੋ ਸਫ਼ਰ ਹੁਣ ਤੱਕ ਦਾ ਵਿਰਹੋਂ ਨੂੰ ਲੈ ਕੇ ਹੋਇਆ ਹੈ। ਬਿਨਾਂ ਗੁਰੂ ਤੋਂ ਆਪਣੀ ਰੂਹਾਨੀਅਤ ਦਾ ਸਫ਼ਰ ਆਪਾਂ ਸ਼ੁਰੂ ਤਾਂ ਕਰ ਸਕਦੇ ਹਾਂ ਜਿਵੇਂ ਕਿ ਮੈਂ ਕੀਤਾ, ਪਰ ਬਿਰਭੋਂ 'ਤੇ ਤੜਫ ਵੀ ਪੂਰੀ ਰੱਖਣੀ ਪੈਂਦੀ ਆ ਅਤੇ ਕਮਲ ਦਾ ਫੁੱਲ ਬਣਨ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਪਰ ਰੂਹਾਨੀਅਤ ਦੇ ਸਫ਼ਰ ਵਿੱਚ ਜਦੋਂ ਤੁਰਦੇ ਤੁਰਦੇ ਆਪਾਂ ਅਖੀਰ 'ਤੇ ਪਹੁੰਚਦੇ ਹਾਂ, ਉੱਥੇ ਸਾਨੂੰ ਗੁਰੂ ਦੀ ਬਹੁਤ ਲੋੜ ਪੈਂਦੀ ਹੈ। ਜਿਹੜੇ ਵੀ ਮੇਰੇ ਭੈਣ ਭਾਈ ਧਿਆਨ ਕਰਦੇ ਹੋਣ ਉਹ ਮੇਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ। ਅਤੇ ਸਾਡੀ ਜ਼ਿੰਦਗੀ ਵਿੱਚ ਗੁਰੂ ਵੀ ਉਹ ਹੋਣਾ ਚਾਹੀਦਾ ਹੈ ਜਿਹੜਾ ਪੂਰਨ ਹੋਵੇ, ਜਿਹੜਾ ਤ੍ਰਿਕਾਲਦਰਸ਼ੀ ਹੋਵੇ, ਜਿਹੜਾ ਸਾਡੇ ਕੀਤੇ ਗੁਨਾਹਾਂ ਦੀ ਮਾਫ਼ੀ ਦਵਾ ਸਕਦਾ ਹੋਵੇ। ਅਸਲੀ ਗੁਰੂ ਆਪਣੇ ਮਰੀਜ਼ ਦੇ ਨਾਲ ਕਦਮ ਕਦਮ 'ਤੇ ਚੱਲਦਾ ਹੈ। ਗੁਰੂ ਦਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਰੋਲ ਹੁੰਦਾ ਹੈ। ਜੇ ਸਾਡਾ ਗੁਰੂ ਪੂਰਨ ਹੋਵੇ ਤਾਂ ਸਾਨੂੰ ਆਪਣੇ ਗੁਰੂ ਦੇ ਵਿੱਚ ਹੀ ਆਪਣੇ ਪੀਰੋ ਮੁਰਸ਼ਦ ਦੇ ਦਰਸ਼ਨ ਹੋ ਜਾਂਦੇ ਆ। ਜਿਵੇਂ ਕਿ ਮੈਂ ਬਾਬਾ ਗੁਰਦੇਵ ਚੰਦ ਦੇ ਵਿੱਚ ਲੱਖਾਂ ਦੇ ਦਾਤੇ ਦੇ ਦਰਸ਼ਨ ਕਰਦਾ ਸੀ, ਅਤੇ ਹੁਣ ਬਾਬਾ ਰਸ਼ਪਾਲ ਜੀ ਦੇ ਰਾਹੀਂ ਲੱਖਾਂ ਦੇ ਦਾਤੇ ਦੇ ਦਰਸ਼ਨ ਕਰਦਾ ਹਾਂ। ਪਰ ਸਾਨੂੰ ਅੱਜ ਕੱਲ੍ਹ ਦੇ ਸਮੇਂ ਵਿੱਚ ਪੂਰਨ ਗੁਰੂ ਮਿਲਣਾ ਵੀ ਬਹੁਤ ਔਖਾ ਹੋ ਗਿਆ ਹੈ।
ਗੱਲ ਉਦੋਂ ਬਣਦੀ ਆ ਜਦੋਂ ਗੁਰੂ ਵੀ ਪੂਰਨ ਹੋਵੇ ਅਤੇ ਮੁਰੀਦ ਵੀ ਪੂਰਨ ਹੋਵੇ। ਇਹੋ ਜਿਹਾ ਮੇਲ ਤਾਂ ਕਿਸਮਤ ਨਾਲ ਹੀ ਹੁੰਦਾ ਜਿਵੇਂ ਚੰਨ ਅਤੇ ਚਕੋਰ ਦਾ ਰਿਸ਼ਤਾ ਹੋਵੇ, ਪਰ ਬਿਨਾਂ ਗੁਰੂ ਤੋਂ ਅਸੀਂ ਆਪਣੇ ਮੁਰਸ਼ਦ ਵਿੱਚ ਲੀਨ ਨਹੀਂ ਹੋ ਸਕਦੇ। ਆਪਾਂ ਆਪਣੇ ਪੀਰੋ ਮੁਰਸ਼ਦ ਨੂੰ ਧਿਆ ਜ਼ਰੂਰ ਸਕਦੇ ਹਾਂ ਗੁਰੂ ਤੋਂ ਬਿਨਾਂ, ਪਰ ਉਹਦੇ ਚਰਨਾਂ ਦੇ ਵਿੱਚ ਥਾਂ ਲੈਣ ਲਈ, ਉਹਦੇ ਹਿਰਦੇ ਦੇ ਵਿੱਚ ਥਾਂ ਲੈਣ ਲਈ, ਉਹਦੇ ਵਿੱਚ ਇੱਕਮਿੱਕ ਹੋਣ ਲਈ ਗੁਰੂ ਦਾ ਹੋਣਾ ਜ਼ਰੂਰੀ ਆ। ਪਰ ਜੇ ਕਿਤੇ ਤੁਹਾਡੀ ਗੱਲ ਬੁੱਲੇ ਸ਼ਾਹ ਵਾਲੀ ਹੋ ਜਾਵੇ, ਤੁਹਾਡਾ ਇਸ਼ਕ ਇੰਨਾ ਸੱਚਾ ਇੰਨਾ ਗੂੜ੍ਹਾ ਹੋ ਜਾਵੇ, ਤਾਂ ਕਈ ਵਾਰੀ ਸਾਨੂੰ ਸਾਡੇ ਪੀਰ ਨੂੰ ਵੀ ਸਾਡੇ ਵਾਸਤੇ ਥੱਲੇ ਆਉਣਾ ਪੈ ਜਾਂਦਾ ਹੈ ਅਤੇ ਉਹ ਆਪ ਹੀ ਸਾਡਾ ਗੁਰੂ ਬਣ ਜਾਂਦਾ ਹੈ। ਇਸ਼ਕ ਦੇ ਵਿੱਚ ਇੰਨੀ ਪਾਵਰ ਹੁੰਦੀ ਆ ਕਿ ਸਾਡੇ ਪੀਰ ਨੂੰ ਸਾਡੇ ਕੋਲ ਆਉਣਾ ਪੈਂਦਾ ਹੈ ਅਤੇ ਉਹ ਆਪ ਸਾਡਾ ਆ ਕੇ ਗੁਰੂ ਬਣਦਾ ਹੈ ਜਾਂ ਸਾਡੇ ਲਈ ਗੁਰੂ ਦਾ ਪ੍ਰਬੰਧ ਕਰਦਾ ਹੈ। ਸਾਡੇ ਵੇਦਾਂ ਵਿੱਚ ਵੀ ਲਿਖਿਆ ਗਿਆ ਹੈ ਕਿ ਗੁਰੂ ਤੋਂ ਬਿਨਾਂ ਗਤ ਨਹੀਂ ਹੋ ਸਕਦੀ, ਸੋ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਆ। ਸਤਸੰਗਤ ਜੀ, ਜ਼ਿੰਦਗੀ ਦੇ ਵਿੱਚ ਗੁਰੂ ਤੋਂ ਬਿਨਾਂ ਆਪਾਂ ਮੰਜ਼ਿਲ ਨਹੀਂ ਪਾ ਸਕਦੇ। ਇੱਕ ਗੁਰੂ, ਪੂਰਨ ਗੁਰੂ ਜ਼ਰੂਰ ਬਣਾਓ। ਜੇ ਦਿਲ ਵਿੱਚ ਤੁਹਾਡੇ ਸ਼ਰਧਾ ਹੋਵੇਗੀ ਤਾਂ ਤੁਹਾਡਾ ਪੀਰੋ ਮੁਰਸ਼ਦ ਆਪ ਤੁਹਾਡੇ ਲਈ ਸਾਧਨ ਬਣਾਵੇਗਾ ਤੁਹਾਡਾ ਗੁਰੂ ਲੱਭਣ ਲਈ। ਅਤੇ ਜਦੋਂ ਤੁਹਾਨੂੰ ਤੁਹਾਡੇ ਗੁਰੂ ਦੇ ਨਾਲ ਮਿਲਾਪ ਹੋ ਗਿਆ ਤਾਂ ਸਮਝ ਲਓ ਤੁਹਾਡੀ ਸੱਤੇ ਜਨਮ ਤੁਹਾਡੇ ਸਿੱਧ ਹੋ ਗਏ ਅਤੇ ਤੁਹਾਡਾ ਧਰਤੀ 'ਤੇ ਆਉਣਾ ਜਾਣਾ ਮੁੱਕ ਜਾਵੇਗਾ ਅਤੇ ਦੁਨਿਆਵੀ ਦੁੱਖਾਂ ਤੋਂ ਕੋਹਾਂ ਦੂਰ ਹੋ ਜਾਵਾਂਗੇ। ਸੋ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪੂਰਨ ਗੁਰੂ ਜ਼ਰੂਰ ਬਣਾਓ ਤਾਂ ਜੋ ਆਪਾਂ ਭਵ ਸਾਗਰ ਨੂੰ ਪਾਰ ਕਰ ਸਕੀਏ।